ਟੂ ਆ ਚੈਨਲ ਗਾਈਜ਼, ਆਈ ਹੋਪ ਤੁਸੀਂ ਸਾਰੇ ਜਣੇ ਘੈਂਟ ਹੋਵੋਗੇ। ਤੇ ਗਾਈਜ਼ ਅੱਜ ਆਪਾਂ ਵਲੌਗ ਲੈ ਕੇ ਆਏ ਹਾਂ ਤੁਹਾਡੇ ਲਈ ਸਪੈਸ਼ਲ ਬੱਚਿਆਂ ਲਈ ਹੋਲੀ ਸਕੈਸ਼, ਹੋਲੀ ਸ਼ੋਪਿੰਗ ਲਈ ਹੋਲਸੇਲ ਮਾਰਕੀਟ ਦਾ। ਅਤੇ ਅੱਜ ਆਪਾਂ ਪਹੁੰਚੇ ਹਾਂ ਜੀਤੀ ਦੀ ਹੱਟੀ, ਜਿਹੜੀ ਕਿ ਬਟਾਲਾ ਦੀ ਬਹੁਤ ਹੀ ਮਸ਼ਹੂਰ ਸ਼ੋਪ ਆ ਅਤੇ ਪੁਰਾਣੀ ਸ਼ੋਪ ਆ। ਅਤੇ ਉਹਨਾਂ ਕੋਲ ਪਹੁੰਚੇ ਹਾਂ, ਤੁਹਾਨੂੰ ਪਤਾ ਹੀ ਆ ਉਹਨਾਂ ਦੀ ਐਡਰੈਸ ਵਗੈਰਾ ਸਾਰਾ ਪਤਾ ਹੀ ਆ ਤੁਹਾਨੂੰ ਇੱਕ ਵਾਰੀ, ਪਰ ਆਪਾਂ ਸ਼ਰਨ ਭਾਈ ਕੋਈ ਇੱਕ ਵਾਰੀ ਤੁਹਾਨੂੰ ਸਾਰਾ ਐਡਰੈਸ ਇੱਕ ਵਾਰੀ ਪੁੱਛ ਲਾਂਗੇ। ਅਤੇ ਵੈਸੇ ਤੁਸੀਂ ਵੇਖ ਸਕਦੇ ਸਟੋਕ ਹੋਲੀ ਦਾ ਕਿੰਨਾ ਸਾਰਾ ਲੱਗਾ, ਸਪਰੇ ਕਲਰ ਆਹ ਵੇਖੋ, ਪਚਕਾਰੀਆ ਕਲਰ ਦੀਆਂ ਬੋਰੀਆਂ, ਪਚਕਾਰੀ ਦੀ ਵਰਾਇਟੀ ਵੇਖੋ ਕਿੰਨੀ ਆ। ਬਾਕੀ ਸਾਰੇ ਤੁਹਾਨੂੰ ਰੇਟ ਦੱਸਦੇ ਹਾਂ ਥੋੜ੍ਹੇ ਥੋੜ੍ਹੇ, ਅਤੇ ਵਿਖਾਉਂਦੇ ਨਾਲ ਤੁਹਾਨੂੰ ਯੂਨੀਕ ਆਈਟਮਾਂ ਥੋੜ੍ਹੀਆਂ। ਆਹ ਵੇਖੋ ਬੱਚਿਆਂ ਵਾਸਤੇ ਸਪੈਸ਼ਲ। ਅਤੇ ਬਾਕੀ ਸਾਡੇ ਕੋਲ ਸ਼ਰਨ ਭਾਅ ਜੀ ਪਹੁੰਚ ਚੁੱਕੇ ਨੇ, ਤੁਸੀਂ ਸਾਰੇ ਜਾਣਦੇ ਹੀ ਹੋ ਇਹਨਾਂ ਨੂੰ, ਵਧੀਆ ਤੁਸੀਂ ਸੁਣਾਓ। ਅਤੇ ਬਾਕੀ ਐਡਰੈਸ ਦੱਸਦੇ ਆ ਤੁਹਾਨੂੰ ਇੱਕ ਵਾਰੀ ਭਾਅ ਜੀ, ਫਿਰ ਆਪਾਂ ਰੇਟਾਂ 'ਤੇ ਹੁੰਦੇ ਹਾਂ। ਐਡਰੈਸ ਦੱਸਿਓ ਇੱਕ ਵਾਰੀ ਸਾਡੀ, ਡਿਸਟ੍ਰਿਕਟ ਗੁਰਦਾਸਪੁਰ ਬਟਾਲਾ ਜੀਤੀ ਦੀ ਹੱਟੀ ਇਨਸਾਈਡ ਖਜੂਰੀ ਗੇਟ। ਕੰਟੈਕਟ ਨੰਬਰ ਹੈਗਾ -7223-2019। ਅਤੇ ਬਾਕੀ ਮੈਂ ਡਿਸਕ੍ਰਿਪਸ਼ਨ 'ਚ ਪਾ ਦਾਂਗਾ ਸਾਰਾ ਐਡਰੈਸ, ਫੋਨ ਨੰਬਰ। ਅਤੇ ਕਈ ਭਰਾ ਪੁੱਛਦੇ ਹੁੰਦੇ ਆ ਕਿ ਐਡਰੈਸ ਪ੍ਰੋਪਰ ਪਾਇਆ ਕਰੋ, ਅਤੇ ਫੋਨ ਨੰਬਰ ਭਾਅ ਜੀ ਦਾ ਮੈਂ ਪਾਵਾਂਗਾ, ਅਤੇ ਭਾਅ ਜੀ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਬਾਕੀ ਐਡਰੈਸ। ਅਤੇ ਭਾਅ ਜੀ ਸਭ ਤੋਂ ਸਸਤੀ ਚੀਜ਼ ਜਿਹੜੀ ਵਿਖਾਵਾਂਗੇ ਆਪਾਂ ਅੱਜ, ਸਭ ਨਾਲ ਸਸਤੀ ਚੀਜ਼ ਪਤਕਾਰੀ, ਅਤੇ ਮੋਟੂ ਪਤਲੂ ਸਟਿਕਰ ਲੱਗਾ ਉੱਪਰ ਔਰੇਂਜ ਕਲਰ 'ਚ, ਕੀ ਰੇਟ ਭਾਅ ਜੀ? ਇਹ 10 ਰੁਪਏ ਦੀ। 10 ਰੁਪਏ ਜੀ ਸਾਰੀ 10 ਰੁਪਏ ਦੀ ਵਰਾਇਟੀ ਆ, ਵੇਖ ਸਕਦੇ 3-4 ਤਰ੍ਹਾਂ ਦੀ ਵਰਾਇਟੀ 10 ਰੁਪਏ ਚ। ਉੱਪਰ ਇਹਦਾ ਕੀ ਰੇਟ ਭਾਜੀ? ਇਹ 25 ਰੁਪਏ। ਆ 25 ਰੁਪਏ ਮਿਲੂਗੀ, ਸਾਈਜ਼ ਵੇਖੋ ਕਿੰਨਾ ਵੱਡਾ ਇਹਦਾ, ਬੱਚਿਆਂ ਵਾਸਤੇ 25 ਰੁਪਏ, ਛੋਟੇ ਦਾ ਨਾ ਸਾਈਜ਼ ਨਾ ਦੀ ਮਿਲੂਗੀ ਆ 30 ਰੁਪਏ। ਆ 30 ਰੁਪਏ ਚ ਅਬ ਯਾਰ ਤਾਂ 50 ਰੁਪਏ ਘੱਟ ਨਹੀਂ ਮਿਲੂਗੀ ਆ ਸਾਈਜ਼ ਤੇ। ਬਾਰਬੀ ਟੋਲ ਹੈ ਛੋਟਾ ਵੀ, ਵੱਖੋ ਵੱਖ ਆਰਟੀਕਲ ਸਾਰੇ ਛੋਟਾ ਵੀ। ਇਹ ਵੀ 25, ਇਹ ਵੀ 25 ਅਲੱਗ ਅਲੱਗ ਡਿਜ਼ਾਈਨ ਬਣੇ ਆ, ਸਾਰੇ ਅਲੱਗ ਅਲੱਗ ਆਰਟੀਕਲ ਵਿੱਚ ਹੈਗੇ ਆ। ਆ 20 ਰੁਪਏ ਚ ਆ ਵੀ ਹੈਗੇ ਆ, ਆ ਵੀ ਲੱਗੇ ਨੇ ਡੱਬਾ। ਸਟੋਕ ਪੂਰਾ ਭਰਿਆ ਦਾ ਹਰ ਤਰ੍ਹਾਂ ਦਾ ਆਰਟੀਕਲ, ਇੱਥੇ ਸਾਰੇ ਵੱਖੋ ਵੱਖ ਹੈਗੇ ਆ, ਚਲੋ ਵੀ ਵੱਖੋ ਵੱਖ ਮਿਲਣਗੇ 20 ਰੁਪਏ, ਸਾਰੇ 20 ਰੁਪਏ ਦੇ ਵਿੱਚ। ਜਿੱਦਾਂ ਤੁਸੀਂ ਛੋਟੇ ਛੋਟੇ ਬੱਚੇ ਵੀ ਮਿਲੂਗੇ 20 ਰੁਪਏ। ਖੁਦਾਨੀ ਚ ਅਲੱਗ ਅਲੱਗ ਕਲਰ, ਇਹਦਾ ਕੀ ਰੇਟ? ਇਹ 50 ਰੁਪਏ। ਆਹ 50 ਰੁਪਏ 'ਚ ਪਊਗੀ ਤੁਹਾਨੂੰ, ਵੇਚ ਸਕਦੇ ਤੁਸੀਂ। ਇੱਥੇ ਪਾਣੀ ਭਰੋ, ਇੱਥੇ ਚੱਲੂ, ਇੱਥੇ ਵੀ ਵੇਚ ਸਕਦੇ। ਕਿੰਨਾ ਸਟੋਕ ਪਿਆ? ਆਹ ਵੀ ਤੁਹਾਨੂੰ 50 ਰੁਪਏ ਮਿਲੇਗੀ, ਆਹ 50 ਰੁਪਏ 'ਚ ਮਿਲੂਗੀ। ਆਖੋ ਸਾਈਜ਼ ਵੇਚ ਸਕਦੇ ਕੀ ਇਹਦਾ? 50 ਰੁਪਏ। ਹੈਲੋ, ਪਿਚਕਾਰੀ ਦੇ ਨਾਲ ਬਾਂਸਰੀ ਹਾਲੋ, ਚੈੱਕ ਕਰ ਸਕਦੇ ਤੁਸੀਂ। ਰੁਕੋ ਜਰਾ, ਸਬਰ ਕਰੋ। ਮਿਊਜ਼ਿਕ ਹਵੇ ਸਾਡੀ ਚੱਲਦੀ ਵੀ ਆ, ਬੱਚਿਆਂ ਵਾਸਤੇ ਸਪੈਸ਼ਲ ਚੀਜ਼ ਬਣੀ ਆ। ਇਹਦਾ ਕੀ ਰੇਟ ਹੈ? 50 ਰੁਪਏ। 50 ਰੁਪਏ ਚ ਇਹ 'ਚ ਕਲਰ ਇੱਕੋ ਹੀ ਹੈ? ਇਹ 'ਚ ਕਲਰ ਇੱਕੋ ਹੀ ਰਹਿ ਗਿਆ। ਇਸ ਤੋਂ ਉੱਤੇ ਆ ਵੇਚ ਸਕਦੇ, ਇਸ ਤੋਂ ਉੱਤੇ ਇਹਦਾ ਕੀ ਰੇਟ ਆ? 70 ਰੁਪਏ। 70 ਰੁਪਏ ਚ ਉਸ ਤੋਂ ਡਬਲ ਸਾਈਜ਼ ਦੀ ਪਿਚਕਾਰੀ ਆ।
ਆਵੇ ਸਾਢੇ ਸਾਈ ਤੇ 70 ਰੁਪਏ ਤੇ ਕੋਈ ਪੀਸ ਖਰਾਬ ਨਹੀਂ ਹੋਏਗਾ ਸਾਰੇ ਪੀਸ ਚੈੱਕ ਕੀਤੇ ਹੋਣਗੇ ਅਲੱਗ ਅਲੱਗ ਕਲਰ ਮਿਲਣਗੇ ਅਲੱਗ ਅਲੱਗ ਡਿਜ਼ਾਈਨ ਕੀ ਰੇਟ ਦਾ ਇਹ 90 ਰੁਪਏ ਹਾਂ 90 ਰੁਪਏ ਦੀ ਪਊਗੀ ਪੂਰੀ ਵਧੀਆ ਕੁਆਲਿਟੀ ਦੀ ਹੈ ਸਾਰੀ ਹੈਗੀ ਹੈ ਸਾਰੀ ਸਾਰੀ ਛੋਟਾ ਸਾਈਜ਼ ਉਹਦੇ ਚ ਇਹਦਾ ਕੀ ਰੇਟ ਇਹ 270 ਰੁਪਏ ਦਾ ਇਹ 270 ਚ ਮਿਲੂਗਾ ਤੁਹਾਨੂੰ ਇਹ ਵੀ 3 ਪੀਸ ਆ ਮਿਲੂਗਾ ਤੁਹਾਨੂੰ ਜਿਹੜਾ ਮਰਜ਼ੀ ਡਿਜ਼ਾਈਨ ਲੈ ਸਕਦੇ ਤੁਸੀਂ ਤਿੰਨ ਚਾਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਤੁਹਾਨੂੰ ਗਾਣੇ ਚੱਲਣਗੇ ਨਾਲ ਤੇ ਨਾਲ ਪਾਣੀ ਭਰ ਕੇ ਪਚਕਾਰੀ ਇਹ ਵੀ ਵੱਖਰੀ ਜੀ ਆਈਟਮ ਆ ਯੂਨੀਕ ਆਈਟਮ ਇਹਦਾ ਕੀ ਰੇਟ ਇਹ 180 ਦਾ 180 ਚ ਮਿਲੂਗਾ ਤੁਹਾਨੂੰ ਆ ਵੇਖ ਸਕਦੇ ਇੱਦਾਂ ਦੀ ਪਾ ਕੇ ਭਾਵੇਂ ਬਾਹਰ ਘੁੰਮੋ Bam, bop, bada bop, boom, pow. ਵਧੀਆ ਚੀਜ਼ ਵਧੀਆ ਬਣੀ ਹੋਈ ਹੈ ਆਹ ਵੇਖੋ ਆਹ ਗੰਨ ਵਿੱਚ ਵੱਡੀ ਇਹਦਾ ਕੀ ਰੇਟ ਪ੍ਰੈਸ਼ਰ ਵਾਲੀ ਗੰਨ ਪ੍ਰੈਸ਼ਰ ਵਾਲੀ 250 ਦੀ 250 ਚ ਮਿਲੂਗੀ ਤੁਹਾਨੂੰ ਜਿਹੜਾ ਮਰਜ਼ੀ ਡਿਜ਼ਾਈਨ ਜਿਹੜਾ ਵੀਡੀਓ ਵੇਖ ਕੇ ਆਏਗਾ ਉਹਨੂੰ 200 ਦੀ400 ਦੇ ਵਿਚ ਆ 400 ਆ ਟੈਂਕੀ ਵਿਚ ਵੱਡੀਆਂ ਲੈਣੀਆਂ ਉਹ ਟੈਂਕੀ ਵਿਚ ਵੱਡੀਆਂ ਹੈਗੀਆਂ ਵਾ ਕਾਲਾ ਪੀਲਾ ਨੀਲਾ ਕਰਨਾ ਪੱਕੇ ਰੰਗ ਪੱਕੇ ਰੰਗ ਗੋਲਡਨ ਸਿਲਵਰ ਆ ਗੋਲਡਨ ਤੇ ਸਿਲਵਰ ਮਿਲੂਗਾ ਪੱਕੇ ਰੰਗ ਪੱਕੇ ਰੰਗ ਇਹ ਕੀ ਪ੍ਰਾਈਸ ਆ 30 ਰੁਪਏ ਦੀ ਡੱਬੀ 100 ਗ੍ਰਾਮ ਇਹ 20 ਰੁਪਏ ਦੀ ਡੱਬੀ ਜੀ ਦੋ ਰੰਗ ਉਹ ਚ ਸਿੰਗਲ ਰੰਗ ਮਿਲੂਗਾ ਤੁਹਾਨੂੰ ਸਿਲਵਰ ਤੇ ਗੋਲਡਨ ਜੇ ਤੁਸੀਂ ਸਿਲਵਰ ਗੋਲਡਨ ਨਹੀਂ ਲੈਣਾ ਤੇ ਆਪਕੋ ਗ੍ਰੀਨ ਤੇ ਬਲੂ ਵੀ ਮਿਲੂਗਾ ਆ ਵੇ ਸਾਜੀ ਇਹਦਾ ਕੀ ਪ੍ਰਾਈਸ ਇਹ ਵੀ ਸੇਮ ਪ੍ਰਾਈਸ ਹੈ ਸੇਮ ਹੀ ਪ੍ਰਾਈਸ ਮਿਲੂਗਾ ਸਾਰੀ ਸਟਾਰ ਕੰਪਨੀ ਦੀ ਹੋਏਗੀ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਇਹਨਾਂ ਚ ਪੱਕੇ ਰੰਗ ਆ ਇਹ ਪੱਕੇ ਰੰਗਾਂ ਦੇ ਵਿੱਚ ਵੀ ਕਈ ਲੋਕੀ ਆ ਗੰਦ ਵੰਜਾ ਮਲ ਦਿੰਦੇ ਇਹ ਕੁਛ ਨਹੀਂ ਹੈਗਾ ਸਾਰੀ ਵਧੀਆ ਚੀਜ਼ ਹੈਗੀ ਹੈ ਤੁਸੀਂ ਲੱਗ ਵੀ ਜਾਊਗਾ ਇਹ ਆਰਾਮ ਨਾਲ ਨਿਕਲ ਵੀ ਜਾਊਗਾ ਇਹ ਨਹੀਂ ਕਿ ਲੱਗਾ ਹੀ ਰਹਿਣਾ ਵਾ ਬਾਅਦ ਲੱਥ ਵੀ ਜਾਊਗਾ ਥੋੜ੍ਹਾ ਟਾਈਮ ਪਾ ਕੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਛੋਟਾ ਸਾਈਜ਼ ਕੀ ਪ੍ਰਾਈਸ 50 ਰੁਪਏ ਦੀ 50 ਰੁਪਏ ਚ ਪਾਉਂਗੇ ਇਹ ਚ ਤੁਹਾਨੂੰ ਬੋਸ ਦੀ ਲੈਣੀ ਬਹੁਤ ਹੀ ਲੱਗਦਾ ਸ਼੍ਰੀ ਗਣੇਸ਼ਾ ਦੀ ਲੈਣੀ ਸ਼੍ਰੀ ਗਣੇਸ਼ਾ ਦੀ 50 ਚ 50 ਰੁਪਏ ਸਿਰਫ ਸਮੂਥ ਸਨੋ ਸਪਰੇ ਕਲਰਫੁਲ ਅਲੱਗ ਅਲੱਗ ਤੋਂ ਵੱਡਾ ਸਾਈਜ਼ ਚਾਹੀਦਾ ਤੁਹਾਨੂੰ ਮਿਲੂਗਾ ਉਹ ਕਾਰ ਆ ਵੇ ਸਾਡੇ ਥੋੜਾ ਵੱਡਾ ਸਾਈਜ਼ ਹੈ 80 ਰੁਪਏ ਦਾ 80 ਰੁਪਏ ਪਊਗੀ ਬਸ ਤੋਂ ਵੱਡਾ ਜੀ ਲਗਾ 120 ਰੁਪਏ ਦਾ 120 ਰੁਪਏ ਸਾਰੀ ਸਿਲਕ 120 ਰੁਪਏ ਦਾ ਇਹ ਸਾਡੇ ਇੱਥੇ ਵੀ ਕੁਆਂਟੀਟੀ ਵੀ ਸਾਡੇ ਇੱਕ ਰੀ ਦੀ ਸਾਰੀ ਸ਼੍ਰੀ ਗਣੇਸ਼ ਦੀ ਜਿਹੜੀ ਸਭ ਨਾਲ ਜ਼ਿਆਦਾ ਚੱਲਣ ਵਾਲੀ ਗੱਲ ਆ ਵੇ ਸਾਡੇ ਸਟਾਕ ਪੇਟੀ ਹੋਈ ਸਪਾਰਕਲ ਗਨ ਜਿਹਨੂੰ ਕਹਿੰਦੇ ਆਪਾਂ ਦੀਵਾਲੀ ਤੇ ਬੜੀ ਚੱਲੀ ਅੱਜ ਕੱਲ੍ਹ ਆ ਵੇ ਸਾਡੇ ਉਹਦੀ ਇੱਥੇ ਹੁਣੇ ਕਲਰ ਸਮੋਕ ਪਾ ਕੇ ਆਪਾਂ ਉਹਨੂੰ ਵੀ ਇੱਦਾਂ ਕਰਕੇ ਵੀਡੀਓ ਵਗੈਰਾ ਬਣਾ ਸਕਦੇ ਹਾਂ ਕੀ ਰੇਟ ਹੈਗਾ ਲੋਕਾਂ ਨੇ ਤਾਂ 1000 1500 ਰੁਪਏ ਦੀ ਵੇਚੀ ਇਹ ਵਿਕੀ ਹੈ 1500 ਦੀ ਵਿਕੀ
ਇਹ ਤੁਸੀਂ ਵੀ ਲਿੱਤੀ ਹੈ ਤੇ ਸਾਡੇ ਕੋਲ ਸਿਰਫ ਜਿਹੜੀ ਹੈ 350 ਰੁਪਏ ਦੀ ਮਿਲੇਗੀ 350 ਚ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਹੁਣ ਪੂਰਾ ਉਹ ਦੀਵਾਲੀ ਤੇ ਹੈਗੀ ਸੀ ਗੰਨ 1500-1600 ਦੀ ਮਿਲਦੀ ਪਈ ਸੀ ਆਮ ਤੇ ਹੁਣ 350 ਦੀ ਪੈ ਰਹੀ ਹੈ ਤੁਹਾਨੂੰ ਤੇ ਕਿੰਨਾ ਫਰਕ ਆ ਵੇਖ ਸਕਦੇ ਤੁਸੀਂ ਕੁਆਂਟਿਟੀ ਕਿੰਨੀ ਪਈ ਆ ਤੇ ਇਹ 'ਚ ਇੱਕ ਵਾਰੀ ਜਿਹੜਾ ਕਲਰ ਪੈਂਦਾ ਵਾ ਉਹ ਵੀ ਤੁਹਾਨੂੰ ਦਿਖਾਉਂਦੇ ਕਲਰ ਪੈਣਾ ਜੇ ਸਾਰਾ ਸਟਾਰ ਕੰਪਨੀ ਦਾ ਹੋਊਗਾ ਆਹ ਇਹ 'ਚ ਕਲਰ ਪੈਂਦਾ ਆਹ ਵੇਖੋ ਆਹ ਕਲਰ ਪੈਂਦਾ ਇੱਦਾਂ ਕਰਕੇ ਇਹਨੂੰ ਇਹ 'ਚ ਪਾ ਦਿਓ ਅਤੇ ਆਹ ਤਾਰਾਂ ਨੂੰ ਇੱਧਰ ਲਾ ਕੇ ਫਿਰ ਚੱਲ ਜਾਏਗਾ ਇਹ ਅਤੇ ਇਹ ਇਹਦਾ ਵੀ ਪ੍ਰਾਈਜ਼ ਦੱਸ ਦਿਓ 150 ਰੁਪਏ ਸਿੰਗਲ ਪੀਸ ਕਲਰ ਦਾ ਮਿਲੂਗਾ ਆਹ 150 ਦਾ ਇੱਕ ਪੀਸ ਮਿਲੂਗਾ ਤੁਹਾਨੂੰ ਨਾਲ 350 ਦੀ ਆ ਅਤੇ 500 ਦੀ ਤੁਹਾਡਾ ਸੈੱਟ ਪੈ ਰਿਹਾ ਪੂਰਾ ਇਹਦੇ ਵਿੱਚ ਜੇ ਤੁਹਾਨੂੰ ਤੁਸੀਂ ਪਟਾਕੇ ਵਾਲਾ ਲੈਣਾ ਵਾ ਸਪਾਰਕਲ ਲੈਣਾ ਅਤੇ ਸਪਾਰਕਲ ਵੀ ਮਿਲੂਗਾ ਆਹ ਦੇਖੋ ਜੀ ਆਹ ਸਪਾਰਕਲ 'ਚ ਆ ਇਹਦਾ ਕੀ ਬਰਥਡੇ ਤੇ ਚਲਾਓ ਵਿਆਹਾਂ 'ਚ ਚਲਾਓ ਸਾਰੀ ਜਗ੍ਹਾ ਇਹਦਾ ਕੀ ਇਹ ਵੀ 150 ਦਾ ਇਹ ਵੀ 150 ਦਾ ਪੈਸੇ ਨੀ ਖਰਚੇ